ਤੁਹਾਡਾ ਮੇਰੇ YouTube ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਤੁਹਾਨੂੰ ਪਤਾ ਹੈ ਜੀਐਨਡੀਯੂ ਯੂਨੀਵਰਸਿਟੀ ਦੇ ਐਗਜ਼ਾਮਸ ਹੈ ਜਿਹੜੇ ਉਹ ਜਲਦੀ ਹੀ ਸਟਾਰਟ ਹੋਣ ਜਾ ਰਹੇ ਨੇ ਫਾਈਨਲ ਈਅਰ ਦੇ ਜਿਹੜੇ ਸਟੂਡੈਂਟਸ ਨੇ ਸੋ ਇਹਦੇ ਵਿੱਚ ਜਿਹੜੀ ਵੀਡੀਓ ਅੱਜ ਦੀ ਬਣਾਈ ਹੈ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਜਿਹੜੀ ਤੁਸੀਂ A4 ਸ਼ੀਟ ਯੂਜ਼ ਕਰਨੀ ਹੈ ਉਹ ਕਿੱਦਾਂ ਦੀ ਹੋਣੀ ਹੈ ਅਤੇ ਉਹਦੇ ਵੀ ਤੁਸੀਂ ਜਿਹੜੇ ਮੈਕਸਿਮਮ ਸ਼ੀਟਸ ਯੂਜ਼ ਕਰ ਸਕਦੇ ਹੋ ਉਹ ਹੈ 20 A4 ਸ਼ੀਟਸ 3 4 ਸ਼ੀਟਸ ਕਿਹੜੀਆਂ ਹੁੰਦੀਆਂ ਫਰੈਂਡ ਜੇਤੇ ਤੁਸੀਂ ਫੋਟੋਕਾਪੀ ਕਰਾਉਂਦੇ ਹੋ ਪ੍ਰਿੰਟ ਆਊਟ ਵਾਰਾ ਕਰਾਉਂਦੇ ਹੋ ਉਹ ਸ਼ੀਟਸੇ ਤੁਸੀਂ ਪੇਪਰ ਕਰਨਾ ਹੈ ਉਹ ਸ਼ੀਟਸ ਕਿੱਦਾਂ ਦੀਆਂ ਹੋਣੀਆਂ ਹਨ ਤੁਹਾਨੂੰ ਉਹ ਸ਼ੀਟਸ ਕਿੱਥੋਂ ਮਿਲਣੀਆਂ ਹੈ ਉਹਦਾ ਜਿਹੜਾ ਮੇਨ ਪੇਜ ਕਿੱਦਾਂ ਦਾ ਹੋਊਗਾ ਸਾਰਾ ਕੁਝ ਮੈਂ ਤੁਹਾਨੂੰ ਆਜ ਇਸ ਵੀਡੀਓ ਦੇ ਵਿੱਚ ਪ੍ਰੋਵਾਈਡ ਕਰਨਾ ਹੈ ਜੀ ਦੱਸਣਾ ਹੈ ਸਭ ਤੋਂ ਪਹਿਲੇ ਮੈਂ ਤੁਹਾਨੂੰ ਰਿਕਵੈਸਟ ਕਰਾਂਗਾ ਕਿ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਬੈਲ ਆਈਕਨ ਤੇ ਕਲਿੱਕ ਕਰੋ so that in future ਜਿਹੜਾ ਵੀ ਨਵਾਂ ਵੀਡੀਓ ਆਊਗਾ ਕੋਤਾ ਨੋਟੀਫਿਕੇਸ਼ਨ ਤੁਹਾਨੂੰ ਟਾਈਮਲੀ ਮਿਲਦਾ ਰਹੇ ਤਾਂ ਚਲੋ ਦਿਖਦੇ ਆ ਫਾਰਮੈਟ ਤੁਹਾਡੀ A4 ਸ਼ੀਟ ਦਾ ਕਿਦਾਂ ਦਾ ਹੋਊਗਾ ਦੇਖੋ ਜੀ ਇਹ ਸਭ ਤੋਂ ਪਹਿਲਾ ਪੇਜ ਹੈ ਫਰੰਟ ਪੇਜ ਤੁਹਾਡੀ ਸ਼ੀਟ ਦਾ ਕੁਝ ਇਸ ਤਰ੍ਹਾਂ ਤੁਹਾਡਾ ਪੇਜ ਹੋਊਗਾ ਇਹ ਤੁਹਾਨੂੰ ਕਿੱਥੋਂ ਮਿਲੂਗਾ ਤੁਹਾਨੂੰ ਵੀਡੀਓ ਦੇ ਲਾਸਟ ਵਿੱਚ ਪ੍ਰੋਵਾਈਡ ਕਰੂੰਗਾ ਸਭ ਤੋਂ ਪਹਿਲੇ ਇੱਥੇ ਲਿਖਿਆ ਹੋਇਆ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਸੈਕਸ਼ਨ A ਟੂ ਬੀ ਫਿਲਡ ਬਾਈ ਦਾ ਸਟੂਡੈਂਟ ਕਿਤੇ ਸਟੂਡੈਂਟ ਨੇ ਆਪਣੀ ਡੀਟੇਲ ਫਿਲ ਕਰਨੀ ਹੈ ਸਭ ਤੋਂ ਪਹਿਲੇ ਐਗਜ਼ਾਮ ਕੋਡ ਜੋ ਤੁਹਾਡੇ ਕੁਐਸਚਨ ਪੇਪਰ ਤੇ ਹੋਊਗਾ ਸਬਜੈਕਟ ਕੋਡ ਇਹ ਵੀ ਤੁਹਾਡੇ ਕਵੈਸਚਨ ਪੇਪਰ ਤੇ ਹੋਊਗਾ ਡੇਟ ਆਫ ਇਗਜ਼ਾਮ ਚਦੂ ਤਾ ਡ ਇਗਜ਼ਾਮ ਹੈ ਉਥੋਂ ਤੁਸੀਂ ਦੇਖ ਲੈਣੀ ਡੇਟ ਹੈ ੜੀ ਕਿ ਉਸ ਅਕੋਰਡਿੰਗ ਲਿਖ ਲੈਣੀ ਹੈ ਸਬਜੈਕਟ ਕੋਡ ਹੋ ਸਕਦਾ ਹੈ ਇਗਜ਼ਾਮ ਕੋਡ ਤੁਹਾਡੇ ਜਿਹੜਾ ਐਡਮਿਟ ਕਰਾਉਤੀ ਹੋਏ ਰੋਲ ਨੰਬਰ ਤੁਸੀਂ ਲਿਖਣਾ ਹੈ ਫਿਗਰਸ ਦੇ ਵਿੱਚ ਤੁਹਾਡਾ ਨਾਮ ਆਊਗਾ ਮੀਨ ਟੂ ਸਟੂਡੈਂਟ ਦਾ ਨਾਮ ਆਊਗਾ ਤੇ ਕਲਾਸ ਆਊਗੀ ਉਸ ਤੋਂ ਬਾਅਦ ਇੱਥੇ ਸਬਜੈਕਟ ਆਊਗਾ ਸਟੂਡੈਂਟ ਦੇ ਸਿਗਨੇਚਰ ਆਊਗੇ ਅਤੇ ਈਮੇਲ ਆਈਡੀ ਇੱਥੇ ਇੱਕ ਚੀਜ਼ ਯਾਦ ਰੱਖੋ ਤੁਹਾਡੀ ਰਜਿਸਟਰਡ ਈਮੇਲ ਆਈਡੀ ਉਹ ਹੈ ਜਿਹੜੀ ਤੁਸੀਂ ਉਥੇ ਦਿੱਤੀ ਹੋਈ ਹੈ ਕਿੱਥੇ ਦਿੱਤੀ ਹੋਈ ਹੈ ਜਦੋਂ ਤੁਸੀਂ ਆਪਣਾ ਲੌਗਇਨ ਕ੍ਰੀਏਟ ਕੀਤਾ ਸੀ ਜਾਂ Gmail ID ਜਾਂ ਤੁਸੀਂ ਅਪਡੇਟ ਕੀਤੀਆਂ ਸੀ Email IDਾਂ ਕਿਸੇ ਵੀ ਟਾ ਡੋਮੇਨ ਵਿੱਚ Email ID ਹੋ ਸਕਦੀ ਹੈ ਜ਼ਰੂਰੀ Gmail ਵਿੱਚ Gmail ਹੋ ਗਿਆ Yahoo ਹੋ ਗਿਆ Rediff ਹੋ ਗਿਆ Hotmail ਹੋ ਗਿਆ Outlook ਹੋ ਗਿਆ ਤੁਸੀਂ ਕਿਸੇ ਵਿੱਚ ਵੀ Email ID ਬਣਾ ਕੇ ਦੇ ਸਕਦੇ ਹੋ ਬਟ ਨਾਰਮਲੀ ਆਪਾਂ ਯੂਜ਼ ਕਰਦੇ ਹਾਂ Gmail ਕਿਉਂਕਿ ਤੁਹਾਨੂੰ ਪਤਾ ਹੈ ਹਰ ਇੱਕ ਪਰਸਨ ਕੋ ਸਮਾਰਟਫੋਨ ਹੁੰਦਾ ਹੈ ਤੇ ਉਹਦੇ ਵਿੱਚ ਕੋਈ ਵੀ ਤੁਸੀਂ ਐਪ ਵੈਰਾ ਡਾਊਨਲੋਡ ਕਰਨਾ ਤਾਂ Gmail ID ਦੀ ਲੋੜ ਪੈਂਦੀ ਇਸ ਕਰਕੇ ਮੈਕਸਿਮ ਕੋ Gmail ID ਹੁੰਦੀ ਹੈ ਉਸ ਤੋਂ ਬਾਅਦ ਸੈਕਸ਼ਨ ਬੀ ਹੈ ਸੈਕਸ਼ਨ ਬੀ ਸਿਰਫ ਅਫੀਸ਼ੀਅਲ ਯੂਜ਼ ਵਾਸਤੇ ਹੈ ਦੇ ਵਿੱਚ ਜਦੋਂ ਸ਼ੀਟ ਤੁਹਾਡੀ ਜਾਣੀ ਹੈ ਬੈਕਐਂਡ ਕਮ ਇੰਟੂ ਸੇ ਯੂਨੀਵਰਸਿਟੀ ਕੋ ਜਾਣੀ ਹੈ ਉਥੇ ਜਿਹੜੇ ਤੁਹਾਡੇ ਕੁਐਸਚਨਸ ਹੈ ਉਹਦੇ ਅਕੋਰਡਿੰਗ ਜਿੰਨੇ ਜਿੰਨੇ ਤੁਹਾਡੇ ਮਾਰਕਸ ਆਇਆ ਉਥੇ ਉਹਨਾਂ ਨੇ ਫਿਲ ਕਰਨੇ ਹੈ ਟੋਟਲ ਇਨ ਫਿਗਰਸ ਉਤੇ ਟੋਟਲ ਇਨ ਵਰਡਸ ਸਾਰਾ ਉਹ ਚੈੱਕ ਕਰੋਗੇ ਇੱਥੇ ਜਿਹੜਾ ਐਗਜ਼ਾਮੀਨਰ ਹੋਣਾ ਹੈ ਉਹਦੀ ਆਈਡੀ ਆਣੀ ਹੈ ਇਹ ਸਾਰਾ ਅਫੀਸ਼ੀਅਲ ਵਰਕ ਵਾਸਤੇ ਹੈ ਜਿਹੜਾ ਜੋ ਤੁਹਾਡੇ ਪੇਪਰ ਚਲੇ ਜਾਣੇ ਯੂਨੀਵਰਸਿਟੀ ਉਹਨਾਂ ਨੇ ਫਿਲ ਕਰਨਾ ਹੈ ਇਥੇ ਜਿਹੜਾ ਵੀ ਐਗਜ਼ਾਮੀਨਰ ਹਨ ਚੈੱਕ ਵੈਰਾ ਕਰਕੇ ਸਾਰਾ ਕੁਝ ਇੱਥੇ ਕਰਨੇ ਕਿੰਨੀ ਚੈੱਕ ਕਰਨੇ ਸਾਰਾ ਕੁਝ ਇੱਧਾ ਹੋਇਆ ਹੈ। ਤਾਂ ਫਿਲਹਾਲ ਤੁਸੀਂ ਸਭ ਤੋਂ ਪਹਿਲੇ A ਸੈਕਸ਼ਨ ਫਿਲ ਕਰਨਾ ਹੈ। ਸੈਕਸ਼ਨ B ਨੂੰ ਤੁਸੀਂ ਕੁਝ ਨਹੀਂ ਕਰਨਾ, ਛੇੜਨਾ ਨਹੀਂ, ਇੱਦਾਂ ਹੀ ਆਪੀ ਰਹਿਣ ਦੇਣਾ ਹੈ। ਨੋਟ ਦੇਖ ਲੈਣੇ, ਨੋਟ ਕੀ ਦਿੱਤਾ ਹੋਇਆ ਇੱਥੇ ਜੀ। ਯੂਜ਼ ਓਨਲੀ A4 ਸਾਈਜ਼ ਪੇਪਰ, A4 ਸਾਈਜ਼ ਪੇਪਰ ਕਿਹੜੇ ਹੁੰਦੇ ਆ ਮੈਂ ਤੁਹਾਨੂੰ ਐਕਸਪਲੇਨ ਕਰਦਾ ਕਿ ਜਿਹੜੇ ਪੇਪਰ ਤੁਹਾਡੇ ਪ੍ਰਿੰਟ ਵਾਲੇ ਹੁੰਦੇ ਆ ਜਿੱਤੇ ਤੁਸੀਂ ਫੋਟੋਕਾਪੀ ਵਗੈਰਾ ਕਰਦੇ ਹੋ, ਫੋਟੋਕਾਪੀਰ ਉਹਨੂੰ A4 ਸਾਈਜ਼ ਪੇਸ ਕਹਿੰਦੇ। ਕਿੱਦਾਂ ਨੋਟ ਮੋਰ ਦੈਨ 20 ਪੇजेस ਐਕਸਕਲੂਡਿੰਗ ਟਾਈਟਲ ਪੇਜ ਠੀਕ ਹੈ ਜੀ ਟਾਈਟਲ ਪੇਜ ਨੂੰ ਛੱਡ ਕੇ ਤੁਸੀਂ 20 ਪੇजेस ਯੂਜ਼ ਕਰ ਸਕਦੇ ਆ ਠੀਕ ਹੈ ਇਸ ਤੋਂ ਵੱਧ ਨਹੀਂ ਹੋਣੇ ਚਾਹੀਦੇ ਆ ਟਾਈਟਲ ਪੇਜ ਮਸਟ ਬੀ ਅਟੈਚਡ ਐਸ ਫਰਸਟ ਪੇਜ ਅਲੋਂਗ ਵਿਦ 20 ਪੇजेस ਆ ਦੇਖੋ ਜੀ ਇਹ ਤੁਹਾਡਾ ਟਾਈਟਲ ਪੇਜ ਹੈ ਠੀਕ ਹੈ ਜੀ ਇਹ ਤੁਹਾਡਾ 20 ਪੇजेस ਦੇ ਨਾਲ ਅਟੈਚ ਹੋਣਾ ਚਾਹੀਦਾ ਹੈ ਪੇਜ ਨੰਬਰ ਮਸਟ ਬੀ ਰਿਟਨ ਔਨ ਐਵਰੀ ਪੇਜ ਐਕਸਕਲੂਡਿੰਗ ਟਾਈਟਲ ਪੇਜ ਟਾਈਟਲ ਪੇਜ ਨੂੰ ਛੱਡ ਕੇ बाकी जने भी पेजस है हरेक पेज नंबर होना चाहिए पेज वन टू थ्री फोर अप टू ट्वेंटी जी यूज करते हो मैक्सिम ट्वेंटी है मिनिमम जो मर्जी यूज करो डिपेंड करता कि तोड़ा है कि मैटर कि उस अकॉर्डिंग दिख लेना है ऑल पेजस मस्ट भी यह ध्यान दो लास्ट पॉइंट बड़ा जरूरी है ऑल पेजस मस्ट भी स्कैंड फोटोग्राफ्ड एंड कंबाइंड इन अ सिंगल पी डी एफ फाइल मीन तुम एग्जाम्पल लगा लो कि मैं स्टूडेंट हूं अपना पेजस ਪੂਰਾ ਪੇਪਰ ਕੰਪਲੀਟ ਕਰ ਲਿਆ ਅਨਸਰ ਸ਼ੀਟ ਨੂੰ ਆਪਾਂ ਸਕੈਨ ਕਰਨਾ ਹੈ ਸਭ ਤੋਂ ਪਹਿਲੇ A ਵਾਲੀ ਸ਼ੀਟ ਦਾ ਸਕੈਨ ਹੋਣੀ ਹੈ ਫਿਰ ਨੈਕਸਟ ਜਿਹੜੀ ਸ਼ੀਟ ਹੈ ਉਹਨੂੰ ਆਪਾਂ ਪੇਜ ਨੰਬਰ 1 2 1 ਬਾਈ 1 ਸਕੈਨ ਕਰਨਾ ਹੈ ਤੇ ਉਹਨਾਂ ਸਾਰੇ ਨੂੰ ਕੰਬਾਈਨ ਕਰਕੇ ਆਪਾਂ ਉਹਨਾਂ ਨੂੰ ਠੀਕ ਹੈ ਜੀ ਸੈਂਡ ਕਰਨਾ ਹੈ ਸੈਂਡ ਕਿੱਥੇ ਕਰਨਾ ਤੁਹਾਡੇ WhatsApp ਗਰੁੱਪ ਬਣੇ ਹੋਏ ਆ ਤੁਸਨਾ ਵਿੱਚ ਕਰ ਦੇਣਾ ਹੁਣ ਇੱਕ ਹੋਰ ਕੁਸ਼ਨ ਹੁੰਦਾ ਕਿ ਪ੍ਰਾਈਵੇਟ ਸਟੂਡੈਂਟਸ ਕੀ ਕਰਨਗੇ ਦੇਖੋ ਜੀ ਜਿਹੜੇ ਵੀ ਪ੍ਰਾਈਵੇਟ ਸਟੂਡੈਂਟਸ ਹੈ ਉਹਨਾਂ ਦੇ ਸੈਂਟਰ ਬਣੇ ਹੋਏ ਆ ਲਾਈਕ ਮੇਰਾ ਜਿਹੜਾ ਸੈਂਟਰ ਬਣਿਆ ਉਹ ABC ਕਾਲਜ ਬਣਿਆ ਹੁਣ ABC ਜਿਹੜਾ ਕਾਲਜ ਹੈ ਉੱਥੇ ਮੇਰਾ ਫੋਨ ਨੰਬਰ ਈਮੇਲ ਆਈਡੀ ਅਤੇ ਮੇਰੇ ਸਾਰੀ ਡੀਟੇਲ ਚਲ ਗਈ ਹੋਈ ਹੈ ਉਹਨਾਂ ਨੇ ਕੀ ਕੀਤਾ ਹੋਇਆ ਕਾਲਜ ਵਾਲਿਆਂ ਨੇ ਜਿਹੜੇ ਉਹਨਾਂ ਕੋ ਕੈਂਡੀਡੇਟਸ ਦੀ ਲਿਸਟ ਹੈ ਉਹਨਾਂ ਨੇ ਉਹਨਾਂ ਕੈਂਡੀਡੇਟਸ ਦਾ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ ਠੀਕ ਹੈ ਉਹ ਸਾਰੀ ਜਿੰਨੀ ਵੀ ਡੀਟੇਲ ਹੈ ਤੁਹਾਡਾ ਕੁਸ਼ ਨੀ ਪੇਪਰ ਵਗੈਰਾ ਉਹ ਸਾਰਾ ਕੁਝ ਤੁਹਾਡੇ ਉਸ ਪਾਰਟਿਕੂਲਰ ਗਰੁੱਪ ਦੇ ਵਿੱਚ ਉਹ ਤੁਹਾਨੂੰ ਪ੍ਰੋਵਾਈਡ ਕਰੂਗੇ ਸੋ ਜੇਕਰ ਤੁਹਾਡਾ ਹਲੇ ਤੱਕ ਵੀ ਵਟਸਐਪ ਗਰੁੱਪ ਨਹੀਂ ਬਣਿਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਉਸ ਦਾ ਸੋਲੂਸ਼ਨ ਲੈ ਸਕਦੇ ਹੋ ਕਿ ਉਹ ਤੁਹਾਡਾ ਵਟਸਐਪ ਗਰੁੱਪ ਕਿਸ ਤਰ੍ਹਾਂ ਬ ਇਹ ਤਾਂ ਸੀ ਤੁਹਾਡਾ ਜਿਹੜਾ A4 ਸ਼ੀਟ ਹੈ ਉਹਦਾ ਪਹਿਲਾ ਪੇਜ ਹੁਣ ਦੇਖਦੇ ਹਾਂ ਨੈਕਸਟ ਪੇਜ ਕਿਦਾਂ ਦਾ ਹੋਊਗਾ ਆਪਾਂ ਇਸੇ ਪਹਿਲਾ ਪੇਜ ਜਿਹੜਾ ਮੇਨ ਪੇਜ ਹੁੰਦਾ ਹੈ ਹੁਣ ਆਪਾਂ ਦੇਖਦੇ ਹਾਂ ਕਿ ਇਹ ਹੈ ਨੈਕਸਟ ਪੇਜ ਆ ਦੇਖੋ ਇਹ ਸਪੈਸ਼ਲ ਯੂਨੀਵਰਸਿਟੀ ਤੋਂ ਇਹ ਮੈਂ ਇੱਕ ਫਾਰਮੈਟ ਲਿਆ ਹੈ ਠੀਕ ਹੈ ਜੀ ਹੁਣ ਜਿਹੜਾ ਨੈਕਸਟ ਪੇਜ ਹੋਊਗਾ ਉਹਨਾਂ ਪੇजेस ਦੇ ਉੱਪਰ ਕੀ ਹੋਊਗਾ ਦੇਖੋ ਯੂਨੀਵਰਸਿਟੀ ਦਾ ਰੋਲ ਨੰਬਰ ਇਨ ਫਿਗਰਸ ਇਨ ਵਰਡਸ ਬੱਚੇ ਦਾ ਨਾਮ ਬੱਚੇ ਦੀ ਕਲਾਸ ਸੈਮੈਸਟਰ ਲਾਈਕ ਜਿੱਦਾਂ ਮੈਂ ਆਪਣੀ ਐਗਜ਼ਾਮਪਲ ਲੈਣਾ ਐ ਐਮਸੀਏ ਸੈਮੈਸਟਰ 6 ਨੇਮ ਆਫ ਦਾ ਪੇਪਰ ਪੇਪਰ ਤੋਂ ਡੱਕਾ ਦਾ ਹੈ ਠੀਕ ਹੈ ਜੀ ਉਹ ਤੁਸੀਂ ਲਿਖ ਦੇਣਾ ਹੈ ਕੋਡ ਆਫ ਪੇਪਰ ਕਿਹੜਾ ਹੈ ਜੋ ਤੁਹਾਡੇ ਕੁਸ਼ਨ ਪੇਪਰ ਉੱਪਰ ਦਿੱਤਾ ਹੋਇਆ ਟੋਟਲ ਨੰਬਰ ਆਫ ਪੇजेस ਰਿਟਨ ਬਾਈ ਕੈਂਡੀਡੇਟ ਇੱਥੇ ਦੇਖੋ ਲਾ ਲਓ ਕਿ ਮੈਂ ਆਪਣਾ ਜਿਹੜਾ ਪੇਪਰ ਸੀਗਾ ਉਹਦੀ 19 ਸ਼ੀਟਸ ਯੂਜ਼ ਕੀਤੀਆਂ ਉਹ ਤੁਸੀਂ ਇੱਥੇ 19 ਸ਼ੀਟਸ ਯੂਜ਼ ਕੀਤੀਆਂ ਉਹ ਲਿਖਣੀ ਹੈ ਦੇਖੋ ਜੀ ਇਹਦੇ ਵਿੱਚ ਮੇਨ ਪੇਜ ਨਹੀਂ ਆਉਣਾ ਤੁਹਾਡਾ ਉਹ ਤਾਂ ਹਰੇਕ ਦੇ ਵਿੱਚ ਲੱਗਾ ਹੀ ਹੋਣਾ ਬਾਕੀ ਜਿਹੜੀਆਂ ਸ਼ੀਟਸ ਪਹਿਲੀ ਨੂੰ ਛੱਡ ਕੇ ਪਹਿਲੀ ਸ਼ੀਟ ਕਿਹੜੀ ਜਿਹੜੀ ਮੈਂ ਤੁਹਾਨੂੰ ਇਸ ਤੋਂ ਪ੍ਰੀਵੀਅਸ ਐਕਸਪਲੇਨ ਕੀਤੀ ਹੈ ਸਟੂਡੈਂਟ ਦੇ ਸਾਈਨ ਅਤੇ ਡੇਟ ਆਫ ਇਗਜ਼ਾਮ ਆਇਆ ਜੀ ਫਾਰਮੈਟ ਤੁਸੀਂ ਇਹਦਾ ਪ੍ਰਿੰਟ ਆਊਟ ਲੈ ਸਕਦੇ ਹੋ ਪ੍ਰਿੰਟ ਆਊਟ ਕਿਵੇਂ ਲੈਣਾ ਹੈ ਇਹਦਾ ਤੁਸੀਂ ਕੀ ਕਰਨਾ ਹੈ WhatsApp ਦਾ ਇੱਕ ਮੈਂ ਲਿੰਕ ਗਰੁੱਪ ਦਾ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਪ੍ਰੋਵਾਈਡ ਕਰ ਦੂੰਗਾ ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰਕੇ ਇਹ ਸ਼ੀਟ ਸੀ ਸਾਫਟ ਕਾਪੀ ਲੈ ਸਕਦੇ ਹੋ ਅਤੇ ਇਹਦਾ ਪ੍ਰਿੰਟ ਆਊਟ ਖੜਾ ਕੇ ਤੁਸੀਂ ਯੂਜ਼ ਕਰ ਸਕਦੇ ਹੋ ਅਦਰਵਾਈਜ਼ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਵਿੱਚ ਕਿਹਾ ਸੀਗਾ ਕਿ ਇਹਦੇ ਤੁਸੀਂ ਹਾਰਡ ਕਾਪੀ ਕਿੱਥੋਂ ਲੈਣੀ ਆ ਦੇਖੋ ਜੀ ਇਹ ਮੈਕਸਿਮ ਜਿਹੜੇ ਸਟੇਸ਼ਨਰੀ ਸ਼ਾਪਸ ਹੈ ਬੁੱਕ ਸ਼ਾਪਸ ਹੈ ਉੱਥੇ ਆਗੀਆਂ ਹੋਈਆਂ ਹਨ ਜਿੱਦਾਂ ਪੰਜਾਬ ਯੂਨੀਵਰਸਿਟੀ ਦੇ ਮੈਂ ਸ ਤੋਂ ਪਹਿਲੇ ਪ੍ਰੀਵਿਅਸ ਵੀਡੀਓਜ਼ ਬਣਾਈਆਂ ਸੀ ਉਹਨਾਂ ਵਿੱਚ ਮੈਂ ਇੱਕ ਪੀਡੀਐਫ ਵੀ ਅਪਲੋਡ ਕੀਤੀ ਸੀ ਬੱਚਿਆਂ ਨੇ ਕਾਫੀਆਂ ਨੇ ਉਹਦਾ ਪ੍ਰਿੰਟ ਆਊਟ ਵੀ ਕਢਵਾ ਲਿਆ ਸੀ ਸਿੱਧੀ ਮੈਂ ਕਿਹਦਾ ਵੀ ਪੀਡੀਐਫ ਕ੍ਰੀਏਟ ਕਰੂੰਗਾ ਜੋ ਟਰਲਿ ਲਿਖਣਾ ਪਲੱਸ ਡਾਊਨਲੋਡ ਕਰਨਾ ਪਲੱਸ ਉਹਦਾ ਪ੍ਰਿੰਟ ਆਊਟ ਕਰਨਾ ਕਾਫੀ ਈਜ਼ੀ ਆਊਗਾ ਕੈਫੇ ਵੈਰਾ ਤੋਂ ਜਾਂ ਪ੍ਰਿੰਟਿੰਗ ਸ਼ਾਪ ਕੋਈ ਵੀ ਹੈ ਤੁਸੀਂ ਉੱਥੋਂ ਪ੍ਰਿੰਟ ਆਊਟ ਕਰਾ ਕੇ ਨਾ ਸ਼ੀਟਸ ਦਾ ਯੂਜ਼ ਕਰ ਸਕਦੇ ਹੋ ਸੋ ਫਰੈਂਡਸ ਇਹ ਸੀ ਫਾਰਮੈਟਸ ਤੁਹਾਡੇ ਜਿਹੜੇ ਸੀ ਤੁਹਾਡੇ ਅਨਸਰ ਸ਼ੀਟਸ ਜਿਹੜੀਆਂ ਤੁਸੀਂ ਬਲੈਂਕ ਲੈਣੀਆਂ ਕਿੱਥੋਂ ਲੈਣੀਆਂ ਉਹਦੇ ਵਿੱਚ ਮੈਂ ਤੁਹਾਨੂੰ ਸੋਲੂਸ਼ਨ ਪ੍ਰੋਵਾਈਡ ਕੀਤਾ ਕਿੰਨੀਆਂ ਸ਼ੀਟਸ ਯੂਜ਼ ਕਰ ਸਕਦੇ ਹੋ ਤੇ ਕਿਹੜੀਆਂ ਇੰਪੋਰਟੈਂਟ ਚੀਜ਼ਾਂ ਜਿਹੜੀਆਂ ਮੈਂ ਤੁਸੀਂ ਯੂਜ਼ ਕਰਨੀਆਂ ਜਿਵੇਂ ਮੈਂ ਤੁਹਾਨੂੰ ਇਹਦੇ ਵੀ ਦੱਸਿਆ ਕਿ ਕਿਹੜੇ-ਕਿਹੜੇ ਸੈਕਸ਼ਨ ਤੁਸੀਂ ਫਿਲ ਕਰਨੇ ਆ ਤੇ ਕਿਹੜੇ-ਕਿਹੜੇ ਨਹੀਂ ਕਰਨੇ ਤੁਸੀਂ ਥੋੜਾ ਧਿਆਨ ਦਿਓ। ਤੋ ਇਸ ਦੇ ਰਿਗਾਰਡਿੰਗ ਹੋਰ ਕੋਈ ਵੀ ਕਿਊਰੀ ਜਾਂ ਕਮੈਂਟ ਹੁੰਦਾ ਤੁਹਾਡਾ ਉਹ ਤੁਸੀਂ ਜ਼ਰੂਰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਸਾਨੂੰ ਪੁੱਛ ਸਕਦੇ ਹੋ। ਹੋ ਸਕੇ ਤਾਂ ਵੀਡੀਓ ਨੂੰ ਲਾਈਕ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਆਪਣੇ ਦੋਸਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਬ ਡਾਊਟ ਹੈ ਫਾਰਮੈਟ ਹੈ ਕਾਫੀ ਜ਼ਿਆਦਾ ਸਟੂਡੈਂਟਸ ਨੂੰ ਲੈ ਨਹੀਂ ਪਤਾ ਬਟ ਮੇ ਅਕੋਰਡਿੰਗ ਮੈਕਸिमम WhatsApp ਗਰੁੱਪ ਤੇ ਵਿੱਚ ਸਾਰਾ ਕੁਝ ਪੈ ਗਿਆ ਹੋਣਾ ਜੇ ਨਹੀਂ ਪਿਆ ਤਾਂ ਤੁਸੀਂ ਮੇਰੇ ਤੋਂ ਵੀ ਲੈ ਸਕਦੇ ਹੋ ਸੋ ਥੈਂਕ ਯੂ ਫਰੈਂਡਸ ਫੋਰ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂ ਅਵੇਲੇਬਲ ਟਾਈਮ